ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਕੁਰਾਨ ਸ਼ਰੀਫ ਬੇਅਦਬੀ ਮਾਮਲੇ 'ਚ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਸੰਗਰੂਰ ਕੋਰਟ ਪੁੱਜੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਮਾਮਲੇ 'ਚ ਦੋਸ਼ੀ ਵਿਜੇ ਕੁਮਾਰ ਦੇ ਖਾਤੇ 'ਚ 90 ਲੱਖ ਰੁਪਏ ਆਏ ਸਨ, ਜਿਸ ਦਾ ਜ਼ਿਕਰ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉੱਥੇ ਹੀ ਵਿਜੇ ਕੁਮਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਤੇ ਲੱਗੇ ਸਾਰੇ ਆਰੋਪ ਝੂਠੇ ਹਨ। ਜਿਹੜੇ 90 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਆਏ ਹਨ, ਉਹ ਉਨ੍ਹਾਂ ਦੇ ਫਲੈਟ ਵੇਚਣ ਦੀ ਅਮਾਊਂਟ ਹੈ। ਨਰੇਸ਼ ਯਾਦਵ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਜੇ ਕੁਮਾਰ RSS ਦਾ ਮੈਂਬਰ ਰਹਿ ਚੁੱਕਿਆ ਹੈ। ਜਦੋਂ ਮਲੇਰਕੋਟਲਾ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਵਾਲੀ ਘਟਨਾ ਹੋਈ ਸੀ, ਉਦੋਂ ਉਸਦੇ ਖਾਤੇ 'ਚ ਵੱਖਰੀ ਵੱਖਰੀ ਜਗ੍ਹਾ ਤੋਂ 90 ਲੱਖ ਰੁਪਏ ਆਏ ਸਨ। ਨਰਪਾਲ ਸਿੰਘ ਨੇ ਕੋਰਟ ਨੂੰ ਇਸ ਮਾਮਲੇ 'ਤੇ ਜਾਂਚ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਵਿਜੇ ਕੁਮਾਰ ਦੇ ਵਕੀਲ ਨੇ ਕਿਹਾ ਕਿ ਜਿਸ ਰਣਜੀਤ ਸਿੰਘ ਕਮਿਸ਼ਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਸ ਵਿੱਚ ਕਿਤੇ ਵੀ ਵਿਜੇ ਕੁਮਾਰ ਨੂੰ ਦੋਸ਼ੀ ਨਹੀਂ ਦੱਸਿਆ ਗਿਆ। ਦੇਖੀਏ, ਪਿਛਲੀ ਵਾਰ ਵੀ ਆਇਆ ਥਾ ਮਾਮਲਾ ਕਿ ਇਸਮੇ ਜੋ ਰਣਜੀਤ ਸਿੰਘ ਜੋ ਕਮਿਸ਼ਨ ਬਣਾ ਥਾ ਉਸਕੀ ਜੋ ਰਿਪੋਰਟ ਆਈ ਹੈ ਉਸਕੀ ਵਜ੍ਹਾ ਸੇ ਕੁਛ ਫੈਕਟਸ ਸਾਹਮਣੇ ਆਏ ਥੇ ਕਿ ਵਿਜੇ ਕੁਮਾਰ ਕੇ ਅਕਾਊਂਟਸ ਮੇਂ ਕੁਛ ਪੈਸੇ ਆਏ ਹੈ ਔਰ ਵਹਾਂ ਪਰ ਕਮਿਸ਼ਨ ਨੇ ਕਹਾ ਥਾ ਕਿ ਇਸਕੋ ਫਰਦਰ ਇਨਵੈਸਟੀਗੇਸ਼ਨ ਹੋਣਾ ਚਾਹੀਏ, ਲੇਕਿਨ ਇਸਕੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਮੈਨੇ ਅੱਜ ਆਪਣੀ ਤਰਫ ਸੇ 173-8 ਕੀ CRPC ਕੀ ਇੱਕ ਐਪਲੀਕੇਸ਼ਨ ਲਗਾਈ ਹੈ ਕਿ ਅਗਰ ਇਸਮੇ ਸੱਚਾਈ ਹੈ ਔਰ ਇਤਨੇ ਸਾਰੇ ਫੈਕਟ ਸਾਹਮਣੇ ਆ ਰਹੇ ਹੈ ਤੋ ਇਸਕੀ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਏ ਔਰ ਕੋਰਟ ਕੋ ਜੋ ਰਿਪੋਰਟ ਹੈ ਰਣਜੀਤ ਸਿੰਘ ਕਮਿਸ਼ਨ ਜੋ ਲੈਜਿਸਲੇਚਰ ਮੇਂ ਜੋ ਟੇਬਲ ਹੋਈ ਹੈ ਉਸਕੋ ਵੀ ਹਮਨੇ ਅੱਜ ਸਬਮਿਟ ਕੀਆ ਹੈ ਤੋ ਇਸਕੇ ਉੱਪਰ ਫਰਦਰ ਇਨਵੈਸਟੀਗੇਸ਼ਨ ਕੇ ਲਈ ਹਮਨੇ ਦਿਆ ਹੈ ਤੋ ਕੋਰਟ ਨੇ ਅਭੀ 20-3 ਕੀ ਡੇਟ ਲਗਾਈ ਹੈ ਰਿਪਲਾਈ ਕੇ ਲਈ ਸਟੇਟਸ ਕੀ ਤਰਫ ਸੇ। ਠੀਕ ਹੈ, देखिए मैं पहली बात तो ये कर दूं कि रणजीत सिंह रिपोर्ट रणजीत सिंह कमीशन ने मेरे को कभी भी कॉन्टैक्ट नहीं किया, कभी भी मेरे से ये बात नहीं की, जबकि मैं हमेशा अवेलेबल रहा, कभी मेरे से ये बात नहीं की जो वो बात आज इल्ज़ाम लगा रहे हैं। ये कमीशन की जो रिपोर्ट है रणजीत सिंह की पूरी तरह से झूठी रिपोर्ट है हमारे बारे में। ये जो जिस ट्रांजेक्शन की बात कर रहे हैं, मेरे सारे बैंक अकाउंट खुले हैं, अकाउंट्स के अंदर मेरे पास अपनी कुछ थोड़ी बहुत प्रॉपर्टी है जो मैं 20-22 साल से जो बिजनेस कर रहा हूँ उससे मैंने जो थोड़ा बहुत कमाई की है वो सारी की सारी बिल्कुल क्लीन है, लेजिटिमेट है। आज तक इनकम टैक्स का कोई नोटिस मेरे को नहीं मिला और मैं आज इन सबको बोलता हूँ कि मेरे इंक्वायरी करवाओ, मेरे बैंक अकाउंट चेक करो। मैंने कोई भी किसी तरह का गैरकानूनी काम ट्रांजेक्शन में नहीं किया गया है। 90 लाख का मेरा एक फ्लैट बिका था, उस फ्लैट की अमाउंट मेरे पास आई थी अकाउंट में और मैंने इनको बताया, फ्लैट के पेपर भी इनको दिए और पुलिस को इस बात का पता था। जब पुलिस के पास कुछ रहा ही नहीं तो पुलिस को ये लगा कि इसको जो है ना झूठी ट्रांजेक्शन में बता दो और किसी तरह से नाम बदनाम करो। सिर्फ नाम बदनाम करने की कोशिश है, इसके अलावा इनके पास कोई लीगल प्रूफ नहीं है। और आज भी मैं इनको बोलता हूँ कि किसी भी तरह की इंक्वायरी के लिए मैं दोबारा से तैयार हूँ, मेरे बैंकों में जाएँ, मेरे बैंकों में इंक्वायरी करें। मैं बिल्कुल नीट एंड क्लीन हूँ और मैं ईमानदारी से अपना व्यापार करता हूँ। मैं सभी धर्मों का विश्वास करता हूँ। मैंने आज तक अपनी ज़िंदगी में किसी भी धर्म ग्रंथ का कोई अपमान नहीं किया। हम लोग सामाजिक और धार्मिक सद्भावना में, भाईचारे में विश्वास करते हैं। बिल्कुल झूठा बेबुनियाद केस है, मैं इस बारे में, और हमें कोर्ट के ऊपर पूरा भरोसा है। वकील साहब हमारा बहुत अच्छा काम कर रहे हैं, इनके पास सारे फैक्ट्स एंड फिगर्स एंड सबूत हैं कि जिससे आज नहीं तो कल कोर्ट हमें बाइज्जत बरी कर दे। सर ये सीखा कि जी अज नरेश यादव जिन्हों एक डीप रूटड कॉन्सपीरेसी के तहत इन मुलजम बनाया गया विजय कुमार तो कहा के वो मतलब जी कमीशन की जी जस्टिस रणजीत सिंह की रिपोर्ट आई थी ਉਹਦੇ 'ਚ ਇਹ ਆ ਗਿਆ ਸੀਗਾ ਕਿ ਜੀ ਇਹ RSS ਦਾ ਵਿਜੇ ਕੁਮਾਰ RSS ਦਾ ਮੈਂਬਰ ਹੈ, ਪੁਰਾਣਾ ਓਲਡ ਐਸੋਸੀਏਟ ਹੈ RSS ਦਾ, ਅਤੇ ਇਹ ਪ੍ਰਚਾਰਕ ਵੀ ਰਿਹਾ। ਅਤੇ ਇਸ ਜਦੋਂ ਘਟਨਾ ਹੋਈ ਹੈ ਮਲੇਰਕੋਟਲੇ ਵਾਲੀ ਤਾਂ ਉਸ ਇਹਦੇ ਅਕਾਊਂਟ 'ਚ 90 ਲੱਖ ਰੁਪਈਆ ਆਇਆ ਜਿਹਦਾ ਕੋਈ ਅਨਨੋਨ ਸੋਰਸਿਸ ਤੋਂ। ਉਹਦੇ 'ਚ ਸਿਰਫ ਜਿਹੜਾ ਸੀਗਾ ਇੱਕ ਮਕਾਨ ਜਿਹੜਾ ਸੀਗਾ ਇਹਦਾ ਕੋਈ 5 ਲੱਖ ਰੁਪਏ ਦਾ ਸੀ, ਉਹਦਾ ਸਾਰੀ ਰਿਪੋਰਟ ਹੈਗੀ ਆ, ਉਹਦੇ ਵਿੱਚ ਫੈਕਟ ਐਂਡ ਫਿਗਰ ਹੈਗੇ ਨੇ, ਰਿਪੋਰਟ ਦੇ ਵਿੱਚ ਹੈਗੇ ਨੇ। ਤਾਂ ਉਹਦੇ ਮੁਤਲਕ ਜਿਹੜਾ ਸੀਗਾ ਨਰੇਸ਼ ਯਾਦਵ ਜੀ ਨੇ ਅੱਜ 173-8 ਉਹਨਾਂ ਦੇ ਬਿਹਾਫ 'ਤੇ CRPC ਦੀ ਫਰਦਰ ਇਨਵੈਸਟੀਗੇਸ਼ਨ ਦੀ, ਕਿਉਂਕਿ ਅਸੀਂ ਵੇਟ ਕਰ ਰਹੇ ਸੀਗੇ ਕਿ ਸ਼ਾਇਦ ਇਹ ਸਟੇਟ ਮੂਵ ਕਰੇ। ਐਕਚੁਲੀ ਜਿਹੜੀ ਐਪਲੀਕੇਸ਼ਨ ਨਰੇਸ਼ ਯਾਦਵ ਨੇ ਮੂਵ ਕੀਤੀ ਹੈ, ਨਰੇਸ਼ ਯਾਦਵ ਵੱਲੋਂ ਮੂਵ ਹੋਈ ਹੈ, ਇਹ ਸਟੇਟ ਦੀ ਬਣਦੀ ਸੀ ਕਿ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਦੀ ਕਰਵਾਈ ਜਾਵੇ। ਉਹਨਾਂ ਨੇ ਉਹਦਾ ਹੱਥ ਧਰ ਕੇ ਬੈਠੇ ਸੀਗੇ। ਤਾਂ ਨਰੇਸ਼ ਯਾਦਵ ਜੀ ਵੱਲੋਂ ਅੱਜ 173-8 ਦੀ ਐਪਲੀਕੇਸ਼ਨ ਆਈ ਹੈ ਕਿ ਵਿਜੇ ਕੁਮਾਰ ਦੀ ਸਾਰੀ ਬੈਕਗਰਾਊਂਡ ਅੱਗੇ ਲਿਆਂਦੀ ਜਾਵੇ ਕਿ ਜਿਹੜਾ ਸੀਗਾ RSS ਦਾ ਜਿਹੜਾ ਸੀਗਾ ਇਹ ਉੱਥੋਂ ਸੈਂਟਰ ਦਾ ਦਿੱਲੀ ਤੋਂ ਰਹਿਣ ਵਾਲਾ ਸੀ, ਕਿਹਦੇ ਕਿਹਦੇ ਨਾਲ ਕੰਸਰਨ ਸੀ, ਆਮ ਆਦਮੀ ਪਾਰਟੀ ਨੂੰ ਕਿਵੇਂ ਬਦਨਾਮ ਕਰਨ ਦਾ ਚੱਕਰ ਸੀ, ਅਤੇ ਜਿਹੜਾ ਹੈਗਾ ਹਿੰਦੂ ਮੁਸਲਿਮ ਨੂੰ ਡਿਵਾਈਡ ਕਰਨ ਦਾ ਇਹਨਾਂ ਦਾ ਕੀ ਚੱਕਰ ਸੀ, ਕਿਵੇਂ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਉਹਦਾ ਚੱਕਰ ਸੀ,
ਤਾਂ ਉਹਦੇ ਤਹਿਤ ਜਿਹੜੀ ਹੈਗੀ ਹੈ ਕਿ ਨਰੇਸ਼ ਯਾਦਵ ਦਾ ਫਿਰ ਕਿਵੇਂ ਕਿੰਨਾਂ ਹਾਲਾਤਾਂ ਵਿੱਚ ਇਹਦਾ ਨਾਮ ਡਰੈਕ ਕੀਤਾ, ਕਿਉਂਕਿ 164 ਦੀ ਜਿਹੜੀ ਇਹਨੇ ਸਟੇਟਮੈਂਟ ਰਿਕਾਰਡ ਕਰਵਾਈ ਸੀ ਵਿਜੇ ਕੁਮਾਰ ਨੇ ਜਦੋਂ ਇਹਨੇ ਜਮਾਨਤ ਦੀ ਅਰਜ਼ੀ ਲਾਈ ਸੀ, ਤਾਂ ਉਸੇ ਟਾਈਮ ਇਹਨੇ ਕਹਿ ਦਿੱਤਾ ਕਿ ਜੀ ਮੇਰੇ ਤੋਂ ਤਾਂ ਇਹ ਡਰਾ ਧਮਕਾ ਕੇ ਕਰਵਾਈ ਗਈ ਹੈ। ਅਤੇ ਅਸੀਂ ਵੀ ਕਹਿੰਦੇ ਵੀ ਹਾਂ ਇਹਨੂੰ ਡਰਾਇਆ ਗਿਆ, ਇਹਨੂੰ ਕਿਹਾ ਕਿ ਤੇਰੇ ਕੋਲ ਇੰਨਾ ਅਕਾਊਂਟ ਆ ਗਿਆ, ਤੇਰਾ ਸਮਾਨ ਆ ਗਿਆ ਹੈਗਾ, ਅਤੇ ਤੂੰ ਤੇਰੇ ਇੰਨੇ ਖਿਲਾਫ ਸਬੂਤ ਆ ਗਏ ਹੈਗੇ ਨੇ, ਚੱਲ ਅਸੀਂ ਨਰਮੀ ਵਰਤ ਦਿੰਦੇ ਹਾਂ, ਅਤੇ ਤੂੰ ਦੱਸ ਜਿਹੜਾ ਹੈਗਾ ਕਿਸੇ ਨੂੰ ਇਹਨੂੰ ਇਨਵੋਲਵ ਕਰ ਕਿਸੇ ਨੂੰ ਜਾਣਦਾ। ਉਸ ਕੌਂਸਪੀਰੇਸੀ ਦੇ ਵਿੱਚ ਨਰੇਸ਼ ਯਾਦਵ ਦਾ ਇਹਨੇ ਬਿਆਨ ਪਹਿਲਾਂ ਡਰੈਕ ਕਰ ਲਿਆ, ਜਦੋਂ ਜਮਾਨਤ ਦੀ ਅਰਜ਼ੀ ਲਾਈ ਉਦੋਂ ਇਹਨੇ ਉਸ ਨੂੰ ਸਾਰਾ ਡਿਨਾਈ ਕਰਦਾ, ਕਹਿੰਦਾ ਜੀ ਮੇਰੇ ਤੋਂ ਤਾਂ ਡਰਾ ਕੇ ਕਰਾਇਆ। ਅਸੀਂ ਕਹਿੰਦੇ ਠੀਕ ਹੈ, ਡਰ ਤੈਨੂੰ ਇਹ ਸੀਗਾ ਇਹ ਦਿੱਤਾ ਗਿਆ। ਅੱਜ ਜਦੋਂ ਅਸੀਂ 178 ਦੀ ਐਪਲੀਕੇਸ਼ਨ ਦਿੱਤੀ ਹੈ ਤਾਂ ਵਿਜੇ ਕੁਮਾਰ ਦੇ ਕੌਂਸਲ, ਬੜੀ ਹੈਰਾਨੀ ਦੀ ਗੱਲ ਸੀ, ਉਹ ਵੀ ਅਪੋਜ਼ ਕਰ ਰਹੇ ਸੀ। ਜੇਕਰ ਉਹ ਸਹੀ ਨੇ 178 ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈ, ਜੇਕਰ ਨਰੇਸ਼ ਯਾਦਵ ਨੇ ਡੇਅਰ ਕਰ ਰਿਹਾ, ਓਪਨਲੀ ਆ ਰਿਹਾ ਕਿ ਜਿਹੜੀ ਹੈਗੀ ਹੈ ਜੀ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਈ ਜਾਵੇ, ਤਾਂ ਵਿਜੇ ਕੁਮਾਰ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ? ਤਾਂ ਹੁਣ ਜਿਹੜੀ ਹੈਗੀ ਹੈ ਉਹਦੇ ਲਈ ਸਟੇਟ ਦਾ ਰਿਪਲਾਈ ਲਈ ਰੱਖੀ ਹੈ ਕੋਰਟ ਨੇ 20 ਦੇ। ਸਟੇਟ ਕੀ ਰਿਪਲਾਈ ਦਿੰਦੀ ਹੈ ਸਟੇਟ ਨੂੰ ਪਤਾ ਹੋਊਗਾ ਕਿ ਵੇ ਸਿਰਫ ਜਿਹੜੀ ਇਹਨਾਂ ਨੇ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਜਸਟ ਹੱਥ 'ਤੇ ਹੱਥ ਧਰ ਕੇ ਬੈਠਣੇ ਸੀ, ਇਹਨਾਂ ਦਾ ਕੋਈ ਮਤਲਬ ਕੋਈ ਨਹੀਂ ਸੀਗਾ, ਅਤੇ ਜਾਂ ਇਹ ਸੀਰੀਅਸ ਹੈਗੇ ਨੇ, ਉਹਨਾਂ ਨੂੰ ਕੋਈ ਫਰਦਰ ਇਨਵੈਸਟੀਗੇਟ ਕਰਾਉਣਾ ਚਾਹੁੰਦੇ ਨੇ, ਇਹ ਤਾਂ ਹੁਣ 20 ਤਾਰੀਖ ਨੂੰ ਪਤਾ ਲੱਗੂ ਸਟੇਟ ਤੋਂ। ਅਤੇ ਵਿਜੇ ਕੁਮਾਰ ਦੇ ਕੌਂਸਲ ਨੂੰ ਜ਼ਰੂਰ ਇਹ ਬੜੀ ਪ੍ਰੋਬਲਮ ਹੋਈ ਕਿ ਜੀ ਐਪਲੀਕੇਸ਼ਨ ਕਿਉਂ ਆ ਗਈ, ਕਿਉਂ ਆ ਗਈ? ਜੇਕਰ ਉਹ ਇਨੋਸੈਂਟ ਹੈਗਾ ਤਾਂ ਫਿਰ ਉਹਨੂੰ ਕੀ ਡਰ ਹੋਣਾ ਚਾਹੀਦਾ? ਉਹ ਸਾਹਿਬ ਕਹੇ ਉਸ ਰਹਿਰ ਨੂੰ ਸਪੋਰਟ ਕਰੇ, ਉਹਨੂੰ ਅਪੋਜ਼ ਕਰਨ ਦੀ ਬਜਾਏ ਸਪੋਰਟ ਕਰਨੀ ਚਾਹੀਦੀ ਹੈ। ਇਸ 'ਤੇ ਇਸ ਕੇਸ ਦੇ ਵਿੱਚ ਜਿਹੜਾ ਜੀ ਕੁਰਾਨ ਜਿਹੜਾ ਬੇਅਦਬੀ ਦਾ ਮਲੇਰਕੋਟਲੇ ਦਾ ਮਾਮਲਾ ਚੱਲ ਰਿਹਾ ਇਸ ਕੋਰਟ 'ਚ ਕਾਫੀ ਦੇਰ ਤੋਂ ਪੈਂਡਿੰਗ ਹੈ, ਔਰ ਇਸ ਦੇ ਵਿੱਚ ਮਤਲਬ ਸਰਕਾਰ ਜਿਹੜੀ ਇਸ ਗੱਲ 'ਤੇ ਫੇਲ ਸੀ, ਇਹਨੇ ਜਿਹੜੀ 124 ਏ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਸੈਂਕਸ਼ਨ ਦੇਣੀ ਹੁੰਦੀ ਉਹਦੇ ਲਈ, 2 ਸਾਲ ਤੋਂ ਇਹੀ ਪ੍ਰੋਸੈਸ ਚੱਲ ਰਿਹਾ, ਸੈਂਕਸ਼ਨ ਨਾਨ ਕਰਕੇ ਕੇਸ ਇਹ ਲਟਕਿਆ ਹੋਇਆ ਸੀ, ਕਿਉਂਕਿ ਚਾਰਜ 'ਤੇ ਫਿਰ ਬਹਿਸ ਤਦੀ ਹੋ ਸਕਦੀ ਹੈ ਅਗਰ ਸਾਰੀ ਫਾਈਲ ਪੂਰੀ ਹੋਵੇ, ਸੈਂਕਸ਼ਨ ਆਈ ਹੋਵੇ ਲੀਗਲੀ ਤੌਰ 'ਤੇ। ਹੁਣ ਇਹਨਾਂ ਨੇ ਕੀ ਕੀਤਾ, ਸਰਕਾਰ ਨੇ ਪਿਛਲੀ ਡੇਟਾਂ 'ਤੇ ਇਹਨਾਂ ਨੇ ਸੈਂਕਸ਼ਨ ਦੇ ਦਿੱਤੀ ਵੀ ਸੈਕਸ਼ਨ 124 ਦਾ ਜਿਹੜਾ ਹੈਗਾ ਲਗਾ ਕੇ ਨਾਲ ਉਹਦੀ ਸੈਂਕਸ਼ਨ ਦੇਣ ਨੇ ਦੇ ਦਿੱਤੀ, 153 ਏ ਸੈਕਸ਼ਨ 124 ਏ ਉਹਦੀ ਸੈਂਕਸ਼ਨ ਇਹਨਾਂ ਨੇ ਲਗਾ ਦਿੱਤੀ, ਤਾਂ ਫਿਰ ਉਹਦੇ ਉੱਪਰ ਚਾਰਜ ਦੇ ਉੱਪਰ ਬਹਿਸ ਹੋਣੀ ਸੀ। ਤਾਂ ਨਰੇਸ਼ ਯਾਦਵ ਜਿਹੜੇ ਹੈਗੇ ਨੇ ਜੀ MLA ਆਮ ਆਦਮੀ ਪਾਰਟੀ ਤੋਂ, ਉਹਨਾਂ ਨੂੰ ਪਹਿਲਾਂ ਜਿਹੜੇ ਰਿਪ੍ਰਜੈਂਟ ਕਰਦੇ ਸੀ ਮਿਸਟਰ ਹਰਪਾਲ ਸਿੰਘ ਚੀਮਾ ਕਰ ਰਹੇ ਸੀਗੇ, ਜਿਹੜੇ ਦੂਸਰੇ ਮੁਲਜ਼ਮ 3 ਮੁਲਜ਼ਮ ਹੈਗੇ ਵਿਜੇ ਕੁਮਾਰ, ਗੋਲਡੀ ਵਗੈਰਾ ਜਿਹੜੇ ਹੈਗੇ, ਨੰਦ ਕਿਸ਼ੋਰ, ਗੌਰਵ, ਇਹ 3 ਨੂੰ ਰਿਪ੍ਰਜੈਂਟ ਮੈਂ ਕਰ ਰਿਹਾ ਹੈਗਾ ਸ਼ੁਰੂ ਤੋਂ, ਫਰੋਮ ਦੀ ਵੈਰੀ ਬਿਗਨਿੰਗ। ਤਾਂ ਉਹਦੇ ਵਿੱਚ ਜਦੋਂ ਚਾਰਜ ਦੇ ਉੱਪਰ ਗੱਲ ਆਈ ਤਾਂ ਅਸੀਂ ਇਹ ਗੱਲ ਕਹਿੰਦੇ ਹਾਂ ਵੀ 124 ਏ ਜਿਹੜੀ ਹੈ ਮੇਡ ਆਊਟ ਨਹੀਂ ਹੁੰਦੀ, ਕਿਉਂਕਿ 124 ਏ ਕੀ ਹੈ, ਉਹ ਹੈ ਦੇਸ਼ ਦਰੋਹ। ਜੇ ਤੁਸੀਂ ਸਟੇਟ ਦੇ ਖਿਲਾਫ਼ ਰਾਸ਼ਟਰਪਤੀ ਨੂੰ ਗੱਦੀ ਤੋਂ ਉਤਾਰਨਾ ਹੈ, ਪ੍ਰਾਈਮ ਮਿਨਿਸਟਰ ਨੂੰ ਗੱਦੀ ਤੋਂ ਉਤਾਰਨਾ ਹੈ, ਉਹਨਾਂ ਦੇ ਉੱਪਰ ਅਟੈਕ ਕਰਨਾ ਹੈ, ਬੰਬ ਬਲਾਸਟ ਕਰਨੇ ਨੇ, ਪਬਲਿਕ ਦੇ ਵਿੱਚ ਪਬਲਿਕ ਨੂੰ ਭੜਕਾਉਣਾ ਹੈ, ਇਹ ਕੇਸ ਇਸ ਤਰ੍ਹਾਂ ਦਾ ਹੈ ਹੀ ਨਹੀਂ, ਕੋਈ ਐਵੀਡੈਂਸ ਨਹੀਂ। ਅਸੀਂ ਸਾਰਾ ਲਾਅ ਜਿਹੜਾ ਇਸ 'ਤੇ ਉੱਪਰ ਸੁਪਰੀਮ ਕੋਰਟ ਹੈ, ਆਪਣੇ ਪੰਜਾਬ ਹਰਿਆਣਾ ਹਾਈਕੋਰਟ ਦੀ ਜਸਟਿਸ ਬੇਦੀ ਦੀ ਅਥਾਰਟੀਜ਼ ਨੇ, ਬੰਬੇ ਹਾਈਕੋਰਟ ਦੇ ਫੈਸਲੇ ਨੇ, ਅਸੀਂ ਸਾਰੇ ਫੈਸਲੇ ਦਿੱਤੇ ਵੀ ਚਾਰਜ ਜਿਹੜਾ ਹੈਗਾ 124 ਏ 'ਚ ਮੇਡ ਆਊਟ ਨਹੀਂ ਹੁੰਦਾ। ਤਾਂ ਉਹ ਤਾਂ ਹੁਣ ਆਮ ਆਦਮੀ ਪਾਰਟੀ ਨੇ ਇਹਨੂੰ ਜਿਹੜਾ ਹੈ ਲੰਬਾ ਕਰਨ ਲਈ, ਉਹਨਾਂ ਨੇ ਜਿਹੜਾ ਕਿ ਕਾਨੂੰਨੀ ਤੌਰ 'ਤੇ ਉਹ ਐਪਲੀਕੇਸ਼ਨ ਦੇ ਨਹੀਂ ਸਕਦੇ, ਕਿਸੇ ਵੀ ਐਕਟ ਦੇ ਵਿੱਚ ਕਿਸੇ ਲਾਅ ਦੇ ਵਿੱਚ ਪ੍ਰੋਵਾਈਡ ਨਹੀਂ ਹੈ। ਉਹ ਸੈਕਸ਼ਨ 57 ਐਵੀਡੈਂਸ ਐਕਟ ਦੀ ਗੱਲ ਕਰ ਰਹੇ ਹਾਂ, ਸੈਕਸ਼ਨ 78 ਜਿਹੜਾ ਹੈ ਕਲੋਜ 2 ਐਵੀਡੈਂਸ ਐਕਟ ਦੀ ਗੱਲ ਕਰ ਰਹੇ ਨੇ, ਉਹ ਇਹ ਗੱਲ ਕਹਿੰਦੇ ਵੀ ਰਣਜੀਤ ਸਿੰਘ ਕਮਿਸ਼ਨ ਨੇ ਜਿਹੜੀ ਦਿੱਤੀ ਰਿਪੋਰਟ, ਉਹਦੇ 'ਚ ਉਹਨਾਂ ਨੇ ਇਹ ਦਿੱਤਾ ਹੈਗਾ ਵੀ ਜਿਹੜੀਆਂ ਆਹ ਗੱਲਾਂ ਸਾਡੇ ਨੋਟਿਸ 'ਚ ਆਈਆਂ ਨੇ ਡਿਊਰਿੰਗ ਇਨਕੁਆਇਰੀ, ਇਹਨਾਂ 'ਤੇ ਸਰਕਾਰ ਜਿਹੜੀ ਹੈ CBI ਤੋਂ ਘੱਟੋ ਘੱਟ SP ਰੈਂਕ ਦਾ ਅਫਸਰ ਹੈ ਉਹ ਤੋਂ ਇਨਕੁਆਇਰੀ ਕਰਾਈ ਜਾਵੇ। ਵਿਜੇ ਕੁਮਾਰ 'ਤੇ ਜਾਂ ਕਿਸੇ ਮੁਲਜ਼ਮ ਨੂੰ ਇੰਡਿਕਟ ਨਹੀਂ ਕੀਤਾ ਉਹਨਾਂ ਨੇ ਵੀ ਇਹ ਕੋਈ ਦੋਸ਼ੀ ਨੇ ਜਾਂ ਇਹਨਾਂ ਨੇ ਆਹ ਕੰਮ ਕੀਤਾ ਹੈ, ਉਹਨਾਂ ਨੇ ਸਿੰਪਲ ਇੰਨੀ ਗੱਲ ਲਿਖੀ ਉਹਦੇ 'ਚ ਵੀ ਸਾਡੇ ਨੋਟਿਸ ਦੇ ਵਿੱਚ ਇਹ ਆਇਆ ਵੀ ਇਹਦੇ ਉਸ ਪੀਰੀਅਡ ਦੇ ਦੌਰਾਨ ਜਦੋਂ ਇਹ ਪਰਚਾ ਦਰਜ ਹੋਇਆ ਵਿਜੇ ਕੁਮਾਰ ਦੇ ਅਕਾਊਂਟ 'ਚ 90 ਲੱਖ ਰੁਪਇਆ ਦੀ ਟ੍ਰਾਂਜੈਕਸ਼ਨ ਹੋਈ। ਸਾਨੂੰ ਰਣਜੀਤ ਸਿੰਘ ਕਮਿਸ਼ਨ ਨੇ ਜੁਆਇਨ ਨਹੀਂ ਕੀਤਾ, ਸਾਨੂੰ ਪੁਲਿਸ ਨੇ ਜੁਆਇਨ ਨਹੀਂ ਕੀਤਾ, ਸਾਡਾ ਰਿਕਾਰਡ ਨਹੀਂ ਦੇਖਿਆ ਵੀ ਪੈਸੇ ਕਿੱਥੋਂ ਆਏ। ਕੋਈ ਛੋਟਾ ਜਿਹਾ ਅਮਾਊਂਟ ਹੈ, ਮੈਂ ਆਪਣੀ ਪ੍ਰੋਪਰਟੀ ਵੇਚੀ, 1 ਨੰਬਰ ਦੇ ਵਿੱਚ ਮੇਰੀ ਸਾਰੀ ਟ੍ਰਾਂਜੈਕਸ਼ਨ ਹੈ, ਮੇਰੇ ਤੋਂ ਇਨਕਮ ਟੈਕਸ ਡਿਪਾਰਟਮੈਂਟ ਪੁੱਛੇ, ਮੇਰੇ ਤੋਂ ਰਣਜੀਤ ਸਿੰਘ ਕਮਿਸ਼ਨ ਪੁੱਛੇ, ਇਹਨਾਂ ਨੇ ਜਸਟ ਉਸ ਗੱਲ ਨੂੰ ਲਟਕਾਉਣ ਲਈ ਵੀ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਪੜ੍ਹੀ ਜਾਵੇ ਅਤੇ ਇਹਦੀ ਦੁਬਾਰਾ ਇਨਕੁਆਇਰੀ ਕਰਾਈ ਜਾਵੇ, ਸੋ ਦੈਟ ਇਹ ਕੇਸ ਇੱਥੇ ਖਤਮ ਹੋ ਜਾਵੇ। ਅਸੀਂ ਇਹ ਗੱਲ ਕਹਿੰਦੇ ਵੀ ਸਾਡਾ ਜਦੋਂ ਰੋਲ ਹੀ ਨਹੀਂ ਹੈ ਕੋਈ, ਅਸੀਂ ਇਨੋਸੈਂਟ ਹਾਂ, ਸਾਡੇ ਤਾਂ ਜ਼ਿੰਦਗੀ 'ਚ ਪਹਿਲਾਂ ਇਹਦੇ ਕੋਈ ਖਿਲਾਫ਼ ਕੋਈ ਪਰਚਾ ਨਹੀਂ ਹੈ, ਇਹ ਕਿਸੇ RSS ਦਾ ਕੋਈ ਆਫਿਸ ਬੀਅਰ ਨਹੀਂ ਹੈ, ਸਿੰਪਲ ਹਿੰਦੁਸਤਾਨ ਦੇ ਵਿੱਚ ਕਈ ਕਰੋੜ ਲੋਕ ਮੰਨਦੇ ਹੈਗੇ ਨੇ, ਕੋਈ ਕਿਸੇ ਪਾਰਟੀ ਨੂੰ ਕੋਈ ਮੰਨੇ, ਜੇ ਪਾਰਟੀ ਨੂੰ ਮੰਨਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਕੋਈ ਬੈਂਡ ਪਾਰਟੀ ਨਹੀਂ ਹੈ, ਕੋਈ ਭਾਰਤੀ ਜਨਤਾ ਪਾਰਟੀ ਹੈ, ਨੋਟ ਬੈਂਡ ਪਾਰਟੀ। ਇਸ ਕਰਕੇ ਜਿਹੜੀ ਉਹ ਮਤਲਬ ਆਪਣੇ ਆਪ ਨੂੰ ਬਚਾਉਣ ਲਈ ਵਿਜੇ ਕੁਮਾਰ ਦੇ ਉੱਪਰ ਗੱਲ ਸਿੱਟਣਾ ਚਾਹੁੰਦੇ ਨੇ, ਸਾਡੇ ਜਿਹੜੇ 3 ਮੁਲਜ਼ਮ ਨੇ ਜਿਹੜੇ ਕਿ ਟੋਟਲ ਇਨੋਸੈਂਟ ਨੇ, ਜਿਨ੍ਹਾਂ ਦਾ ਕੋਈ ਲਾਗਾ ਲੱਗਾ ਨਹੀਂ ਇਸ ਕੇਸ ਨਾਲ, ਜਿਨ੍ਹਾਂ ਨੇ ਕੋਈ ਬੇਅਦਬੀ ਨਹੀਂ ਕੀਤੀ, ਨਾ ਉਹਨਾਂ ਦਾ ਕੋਈ ਮਕਸਦ ਸੀ, ਨਾ ਉਹਨਾਂ ਦਾ ਮਤਲਬ ਸੀ। ਉਹ ਜੋ ਹਾਲਤ ਸੀ ਜੀ, ਜਿਸ ਤਰ੍ਹਾਂ
इहनूं पता है, पुलिस नूं पता है, सानूं नहीं कुछ पता। असीं तां सिर्फ इहदे केस दी जिहड़ी है पैरवी कर रहे हां और शुरू तो पैरवी कर रहे हैं। जो साडे नोटिस है जो फाइल के उपर है तो साडे मुताबक जिहड़ा हैगा भी इहनूं झूठा फसाया गया इहनूं और जिहड़ी है 124 इहदा चार्ज जिहड़ा है नहीं बनता। जदों पंजाब विच कांग्रेस पार्टी सरकार बनी सी तां उहनां ने इक लोकां नाल वादा कीता सी कि पंजाब दे जिन्ने भी सैक्रेटरी केस ने, जिन्ने मतलब बेअदबियां दे केस सामने लिया के रखांगे, उहदे तहत जस्टिस रणजीत सिंह कमीशन बनाया गया। जस्टिस रणजीत सिंह कमीशन ने अपनी रिपोर्ट विधानसभा च रखी, उहदे उत्ते 8 घंटे लगातार बहस जिहड़ी हैगी आ विधानसभा दे अंदर हुई। उस बह जिहड़ी रिपोर्ट आ जस्टिस रणजीत सिंह कमीशन दी, उहदे 'च इक तत्थ निकल के सामने आया ਵੀ ਜਿਹੜਾ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਮਲਾ ਸੀ ਮਲੇਰਕੋਟ ਦੇ ਵਿੱਚ, ਜਿਹਦੇ ਵਿੱਚ ਸਾਡੇ MLA ਆਮ ਆਦਮੀ ਪਾਰਟੀ ਦੇ MLA ਦਰੇਸ਼ ਯਾਦਵ ਜੀ ਨੂੰ ਝੂਠਾ ਫਸਾਇਆ ਗਿਆ ਸੀਗਾ, ਉਸ ਕੇਸ ਦੇ ਵਿੱਚ ਜਿਹੜਾ ਮੇਨ ਦੋਸ਼ੀ ਆ ਵਿਜੇ ਕੁਮਾਰ, ਉਹਦੇ ਖਾਤੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਦੋਂ ਬੇਅਦਬੀ ਹੋਈ ਆ 90 ਲੱਖ ਰੁਪਏ ਦੇ ਕਰੀਬ ਲਗਭਗ ਰੁਪਏ ਬਾਹਰਲੇ ਦੇਸ਼ਾਂ 'ਚੋਂ ਵੱਖ ਵੱਖ ਥਾਵਾਂ ਤੋਂ ਆਏ ਸੀ, ਜਿਹੜਾ ਕਿ RSS ਦਾ ਸਾਬਕਾ ਕਾਰਕੁਨ ਆ, RSS ਦਾ ਪ੍ਰਚਾਰਕ ਰਿਹਾ ਗਾ ਬੰਦਾ, ਮਤਲਬ ਉਸ ਪੱਖ ਦੀ ਜਾਂਚ ਜਿਹੜੀ ਹੈਗੀ ਆ ਨਾ ਤਾਂ ਉਸ ਸਮੇਂ ਦੇ ਜਿਹੜਾ ਅਧਿਕਾਰੀ ਸੀ ਉਸ ਨੇ ਕੀਤੀ, ਨਾ ਹੁਣ ਕਿਸੇ ਨੇ ਕੀਤੀ। ਸੋ ਅਸੀਂ ਨੇ ਆਮ ਆਦਮੀ ਪਾਰਟੀ ਵੱਲੋਂ ਯਾਦਵ ਸਾਹਿਬ ਵੱਲੋਂ ਇੱਕ ਐਪਲੀਕੇਸ਼ਨ ਜਿਹੜੀ ਦਿੱਤੀ ਆ ਕੋਰਟ 'ਚ ਦੇ ਦਿਓ ਐਪਲੀਕੇਸ਼ਨ। ਦੇਖੋ ਜਿੱਥੋਂ ਮਰਜ਼ੀ ਅਮਾਊਂਟ ਆਈ ਆ, ਇਹ ਜਿਹੜਾ ਦੋਸ਼ੀ ਆ ਉਹਨੂੰ ਜਿਹੜਾ ਵੀ ਜਾਂਚ ਕਰੂਗਾ ਅਧਿਕਾਰੀ ਉਹਨੂੰ ਦੱਸਣਾ ਚਾਹੀਦਾ, ਉਹ ਪ੍ਰੈਸ ਨੂੰ ਕਿਉਂ ਦੱਸ ਰਿਹਾ ਹੈਗਾ, ਉਹ ਹੁਣੀ ਕਿਉਂ ਐਵੀਡੈਂਸ ਖਰਾਬ ਕਰ ਰਿਹਾ ਹੈਗਾ। ਸੋ ਮੇਰਾ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਜਾਂਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀਤੀ ਆ, ਅਸੀਂ ਉਹ ਰਿਪੋਰਟ ਜਿਹੜੀ ਹੈਗੀ ਆ ਅਦਾਲਤ ਵਿੱਚ ਸਬਮਿਟ ਕਰਤੀ, ਹੁਣ ਅਦਾਲਤ ਨੇ ਦੇਖਣਾ ਕਿ ਉਸ ਦੇ ਉੱਤੇ ਜਾਂ ਸਰਕਾਰ ਨੇ ਦੇਖਣਾ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਉਂਦੀ ਹੈ ਜਾਂ ਨਹੀਂ ਕਰਾਉਂਦੀ। ਬਿਊਰੋ ਰਿਪੋਰਟ, ਦਾ ਟੀਵੀ, NRI।